ਸਤਿ ਸ੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਪ੍ਰਿੰਸ ਇੰਦਰਪ੍ਰੀਤ ਸਿੰਘ ਤੇ ਪ੍ਰਿੰਸ ਮਿਊਜ਼ਿਕ ਅਕੈਡਮੀ ਤੇ ਅੱਜ ਚੌਥੀ ਕਲਾਸ ਲੈ ਕੇ ਹਾਜ਼ਰ ਹੋਇਆ। ਮੈਨੂੰ ਉਮੀਦ ਹੈ ਕਿ ਪਿਛਲੀਆਂ 3 ਕਲਾਸਾਂ ਤੋਂ ਤੁਸੀਂ ਸੰਗੀਤ ਬਾਰੇ ਕੁਝ ਸਿੱਖਿਆ ਹੋਵੇਗਾ ਤੇ ਅੱਜ ਆਪਾਂ ਜਿਹੜਾ ਲੈਸਨ ਕਰਨ ਲੱਗੇ ਹਾਂ ਉਹ ਹੈ ਅਲੰਕਾਰ। ਅਲੰਕਾਰ ਦਾ ਮਤਲਬ ਵੈਸੇ ਤਾਂ ਹੁੰਦਾ ਹੈ ਸਜਣਾ ਸਵਰਨਾ ਗਹਿਣਾ, ਪਰ ਸੰਗੀਤ ਦੇ ਵਿੱਚ ਅਲੰਕਾਰ ਨਿਯਮ ਦੇ ਅਨੁਸਾਰ ਜਦੋਂ ਸੁਰਾਂ ਦੀ ਉਥਲ ਪੁਥਲ ਹੁੰਦੀ ਹੈ ਤਾਂ ਉਹ ਜਿਹੜੀ ਆ ਚੀਜ਼ ਉਪਜਦੀ ਹੈ ਉਹਨੂੰ ਅਲੰਕਾਰ ਕਹਿ ਦਿੰਦੇ ਆ। ਸੋ ਬਹੁਤ ਬੇਸਿਕ ਅਲੰਕਾਰ ਤੋਂ ਮੈਂ ਸ਼ੁਰੂ ਕਰੂੰਗਾ, ਪਰ ਇਹਦੇ ਵਿੱਚ ਇਹ ਹੁੰਦਾ ਕਿ ਜਿਹੜੀਆਂ ਬੱਚਿਆਂ ਨੂੰ ਆਪਾਂ ਪਹਿਲਾਂ ਸਰਗਮ ਸਿਖਾਉਂਦੇ ਹਾਂ ਉਹ ਤੁਸੀਂ ਮੱਧ ਸਪਤਕ ਦੇ ਸਾਹ ਤੋਂ ਲੈ ਕੇ ਤਾਲ ਸਪਤਕ ਦੇ ਸਾਹ ਦੇ ਵਿੱਚ ਵਿੱਚ ਵੀ ਉਹ ਏਰੀਆ ਇੱਕ ਵਾਰ ਕਵਰ ਕਰਦੇ ਹਾਂ ਆਪਾਂ। ਤਾਂ ਜਦੋਂ ਤੁਸੀਂ ਐਡਵਾਂਸ ਹੋ ਜਾਂਦੇ ਹੋ ਫਿਰ ਕੁਛ ਕੁ ਸਰਗਮਾਂ ਉੱਪਰ ਤਾਲ ਸਪਤਕ ਦੇ ਵਿੱਚ ਪੂਰੀਆਂ ਖੁੱਲਦੀਆਂ ਨੇ, ਮਾਂ ਭਾ ਤੱਕ ਜਾਂਦੀਆਂ ਨੇ, ਕੁਛ ਕੁ ਮੰਦਰ ਸਪਤਕ ਦੇ ਪਾ ਤੱਕ ਜਾਂਦੀਆਂ ਨੇ, ਧਾ ਤੱਕ ਜਾਂਦੀਆਂ ਨੇ। ਸੋ ਇਸ ਤਰੀਕੇ ਦਾ ਮੈਂ ਗਲੇ ਦਾ ਜਿਹੜਾ ਏਰੀਆ ਹੌਲੀ 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 ਉਹਨੂੰ ਸਟੈਚ ਕਰਕੇ ਵਧਾਇਆ ਜਾਂਦਾ। ਅੱਜ ਆਪਾਂ ਕੁਛ ਕੁ ਸਰਗਮਾਂ ਕੁਛ ਅਲੰਕਾਰ ਅੱਜ ਆਪਾਂ ਤੁਹਾਡੇ ਨਾਲ ਕਰਦੇ ਹਾਂ। ਬਿਲਕੁਲ ਨਾਲ ਨਾਲ ਮੈਂ ਹੌਲੀ ਹੌਲੀ ਗਾਊਂਗਾ, ਹੌਲੀ ਹੌਲੀ ਸਮਝਾਊਂਗਾ, ਤੁਸੀਂ ਨਾਲ ਇਹਦੀ ਪ੍ਰੈਕਟਿਸ ਵੀ ਕਰ ਸਕਦੇ ਹੋ। ਜੇ ਵੀਡੀਓ ਚੰਗੀ ਲੱਗਦੀ ਹੈ ਤਾਂ ਨਾਲ ਨਾਲ ਉਹਨਾਂ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ। ਆਓ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਸਾ ਦੀ ਪ੍ਰੈਕਟਿਸ ਹਮਿੰਗ ਦੇ ਨਾਲ ਕਰਾਂਗੇ। ਕੋਈ ਵੀ ਕਲਾਸ ਆਪਣੀ ਆਪਾਂ ਸਭ ਤੋਂ ਪਹਿਲਾਂ ਉਹਨੂੰ ਸਾ ਦੇ ਨਾਲ ਸ਼ੁਰੂ ਕਰਿਆ ਕਰਾਂਗੇ, ਠੀਕ ਹੈ। ਤੁਸੀਂ ਜ਼ਿਆਦਾ ਵੀ ਕਰ ਸਕਦੇ ਹੋ। ਸੋ ਪਹਿਲਾ ਅਲੰਕਾਰ ਆਪਾਂ ਸ਼ੁਰੂ ਕਰਦੇ ਹਾਂ। ਸੋ ਹੁਣ ਇੱਕ ਗੈਪ ਦੇ ਕੇ ਸੁਰ ਨੂੰ ਉਹ ਪ੍ਰੈਕਟਿਸ ਕਰਦੇ ਆ ਜਿਸ ਤਰ੍ਹਾਂ ਸਾ
ਇੱਕ ਵਾਰ ਫਿਰ ਮੇਰੇ ਨਾਲ ਇਹਨੂੰ ਤੁਸੀਂ ਗਾਇਓ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਮਿਲਦੇ ਹਾਂ ਅਗਲੀ ਕਲਾਸ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ।